ਅਸਲਾਮ ਵਾਲੇਕੁਮ ਭਾਈ ਜਾਨ, ਕੀ ਹਾਲ? ਠੀਕ ਹੋ? ਲਓ ਭਾਈ, ਇੱਕ ਅਸੀਂ ਆਪਣੀ ਹਸੈਨੀ ਬਰੀਡ ਦਾ ਸ਼ੌਂਕ ਕਰਵਾਉਣ ਲੱਗੇ ਹਾਂ। ਜਿਸ ਭਾਈ ਨੂੰ ਇਹਦੇ ਬੱਚੇ ਚਾਹੀਦੇ ਹਨ, ਉਹਨੂੰ ਬੱਚੇ ਮਿਲ ਜਾਣਗੇ। ਠੀਕ ਹੈ ਮੇਰਾ ਭਾਈ, ਜੋੜਾ ਕਿਸੇ ਕੀਮਤ 'ਤੇ ਸੇਲ ਨਹੀਂ ਕਰਨਾ, ਭਾਵੇਂ ਕੋਈ 1 ਰੁਪਈਆ ਛੱਡ ਕੇ, ਭਾਵੇਂ ਕੋਈ 10 ਲੱਖ ਰੁਪਈਆ ਵੀ ਦੇਵੇ, ਕਿਸੇ ਕੀਮਤ 'ਤੇ ਸੇਲ ਨਹੀਂ ਕਰਨਾ ਹੈਗਾ, ਨਾ ਕੋਈ ਭਾਈ ਕਹੇ। ਲਓ ਜੀ, ਨੂਰ ਦੇਖੋ, ਨੂਰ ਦੇ ਨਾਲ ਰਿੰਗ ਦੇਖੋ, ਇਹਦੀ ਸਫੇਦ ਜ਼ਮੀਨ ਦੇਖੋ, ਔਰ ਇਹਦੇ ਅਲਹਮਦੁਲਿਲਾ ਇੱਕ ਬੱਜੇ ਰਿੰਗ ਦੇ ਵਿੱਚ ਤੁਸੀਂ ਜ਼ਰਾਤ ਦੇਖੋ। ਠੀਕ ਹੈ, ਇਹ ਆ ਸਾਡੀ ਹੁਸੈਨੀ ਬਰੀਡ। ਠੀਕ ਹੈ ਜੀ, ਸ਼ੌਂਕ ਕਰੋ ਜੀ, ਅਲਹਮਦੁਲਿਲਾ ਕੁੰਦੇ ਦਾ। ਠੀਕ ਹੈ ਜੀ, ਇਹਨਾਂ ਨੂੰ ਕਹਿੰਦੇ ਕੁੰਦੇ। ਠੀਕ ਹੈ, ਇਹ ਕਬੂਤਰ ਕਲੀਚ ਵਿੱਚ, ਔਰ ਅਲਹਮਦੁਲਿਲਾ ਹੁਣ ਤੁਹਾਨੂੰ ਮੈਂ ਖੋਲ੍ਹ ਕੇ ਪਰ ਦਿਖਾਉਂਦਾ। ਠੀਕ ਹੈ, ਇਨਸ਼ਾਅੱਲਾ। ਔਰ ਇਹਦੀ ਬਗਲ ਦਾ ਪਹਿਲੇ ਪਰ 'ਤੇ ਗੌਰ ਕਰਨੀ ਹੈ, ਇਨਸ਼ਾਅੱਲਾ। ਅੱਡਾ ਉੱਚਾ ਬਗਲ ਦਾ ਪਰ ਨਹੀਂ ਕਿਤੇ ਦੇਖੋਗੇ, ਇਨਸ਼ਾਅੱਲਾ। ਮੈਂ ਅੱਲਾ ਕੋ ਡਰ ਕੇ ਕਹਿੰਦਾ। ਠੀਕ ਹੈ, ਉਹਦੇ ਆਖਰ 'ਤੇ 3 ਪਰਾਂ 'ਤੇ ਗੌਰ ਕਰਿਓ ਜੀ। ਪੁਰਾਣੇ ਪਰ ਨੇ, ਆਹ ਦੇਖੋ ਆ ਰਿਹਾ ਚੌਥਾ, ਆਹ 3 ਪੁਰਾਣੇ ਨੇ। ਠੀਕ ਹੈ ਜੀ, ਕਬੂਤਰ ਦੀ ਦੁੰਮ ਦਾ ਸ਼ੌਂਕ ਕਰੋ। ਠੀਕ ਹੈ ਮੇਰਾ ਭਾਈ ਜਾਨ, ਇਹਨਾਂ ਨੂੰ ਕਹਿੰਦੇ ਆ ਬੈਲੈਂਸ। ਔਰ ਕਬੂਤਰ ਦਾ ਕੱਦ, ਕੱਦ ਮੈਂ ਤੁਹਾਨੂੰ ਦਿਖਾਉਂਦਾ ਇਨਸ਼ਾਅੱਲਾ ਛੱਡ ਕੇ। ਜੀ, ਪੰਜਿਆਂ ਦਾ ਸ਼ੌਂਕ ਕਰੋ, ਕਬੂਤਰ ਦੀ ਦੁੰਬ ਦੀਆਂ ਪਰੀਆਂ ਦਾ ਸ਼ੌਂਕ ਕਰੋ, ਅਲਹਮਦੁਲਿਲਾ ਸ਼ੌਂਕ ਕਰੋ ਇਸ ਪੂਰੇ ਕਬੂਤਰ ਦਾ ਮੇਰਾ ਭਾਈ ਜਾਨ। ਠੀਕ ਹੈ ਜੀ, ਸੀਨਾ ਦੇਖੋ, ਔਰ ਇਨਸ਼ਾਅੱਲਾ ਤੁਹਾਨੂੰ ਪੂਰੇ ਕਲਰ ਦਾ ਸ਼ੌਂਕ ਕਰਵਾਈਏ। ਦੇਖੋ ਜਿੱਦਾਂ ਬੋਤਲ ਹੁੰਦਾ ਕਬੂਤਰ, ਹੱਥ 'ਚ ਕਬੂਤਰ ਆਵੇ ਤਾਂ ਕਬੂਤਰ ਆਪਣਾ ਆਪ ਜਿਸਮ ਦੱਸੇ ਬਸ। ਲਓ ਜੀ, ਮਾਦੀ ਦਾ ਸ਼ੌਂਕ ਕਰੋ, ਪਹਿਲੇ ਮੇਲ ਦਾ ਕਰਾਇਆ, ਫਿਰ ਫੀਮੇਲ ਦਾ ਕਰਾ ਰਿਹਾ। ਨੂਰ ਦੇਖਣਾ, ਨੂਰ ਦੇ ਨਾਲ ਰਿੰਗ, ਔਰ ਇਹਦੀ ਜ਼ਮੀਨ, ਔਰ ਆਖਰਲਾ ਬੱਜਿਆ ਹੋਇਆ ਰਿੰਗ। ਠੀਕ ਹੈ ਮੇਰਾ ਭਾਈ, ਅੱਖ 'ਚ ਨਮੀ ਔਰ ਚਮਕ। ਠੀਕ ਹੈ ਮੇਰਾ ਭਾਈ ਜਾਨ, ਔਰ ਅਲਹਮਦੁਲਿਲਾ ਮਾਦੀ ਕਲੀਚੇ, ਔਰ ਦੁਬਾਰਾ ਨੇ ਆਂਡੇ ਲਾ ਕੇ ਬੈਠੀ ਹੋਈ ਹੈ, ਅਲਹਮਦੁਲਿਲਾ। ਠੀਕ ਹੈ ਮੇਰਾ ਭਾਈ, ਸ਼ੌਂਕ ਕਰੋ ਜੀ ਕੁੰਦੇ ਦਾ। ਠੀਕ ਹੈ, ਇਹ ਮਾਦੀ ਆ ਮੀਆਂ ਨਜ਼ੀਰ ਤਸਵੀਰ ਵਾਲਿਆਂ 'ਚੋਂ ਨਿਕਲੀ ਹੋਈ ਆ, ਤਸਵੀਰ ਵਾਲਿਆਂ 'ਚੋਂ ਖਾਖੀ ਮਾਦੀ ਨਿਕਲੀ ਹੋਈ ਆ। ਠੀਕ ਹੈ ਜੀ, ਲਓ ਜੀ, ਦੁੰਬ ਦਾ ਸ਼ੌਂਕ ਕਰੋ ਮੇਰਾ ਭਾਈ, ਉਹਦੀ ਢੇਰ ਮਿਹਰਬਾਨੀ, ਜਿਸ ਬੰਦੇ ਨੇ ਨਵਾਜ਼ੀ ਸੀ ਉਹਦੀ ਢੇਰ ਮਿਹਰਬਾਨੀ। ਔਰ ਕਿਸੇ ਵਕਤ ਦੇ ਵਿੱਚ ਬੜਾ ਖਾਸ ਬੰਦਾ ਸੀ, ਪੰਜਿਆਂ ਦਾ ਸ਼ੌਂਕ ਕਰੋ। ਠੀਕ ਹੈ, ਇਹਦੀ ਦੁੰਬ ਦੀਆਂ ਪਰੀਆਂ ਦਾ ਸ਼ੌਂਕ ਕਰੋ, ਸ਼ੌਂਕ ਕਰੋ। ਸਿਰਫ ਕਰਾਉਣ ਦਾ ਮਕਸਦ ਇਹ ਹੁੰਦਾ, ਚਲੋ ਜੇ ਕੋਈ ਸਾਡੀ ਵਜ੍ਹਾ ਨਾਲ ਕਿਸੇ ਕੋਈ ਚੀਜ਼ ਲੱਭ ਜਾਏਗੀ, ਅਸੀਂ ਕਹਿੰਦੇ ਜੋੜਾ ਇੱਦਾਂ ਲਾਓ ਕਿਸੇ ਦੋਨਾਂ ਚੀਜ਼ਾਂ ਦੀ ਕਮੀ ਨਾ ਹੋਵੇ, ਇਨਸ਼ਾਅੱਲਾ ਬੱਚੇ ਉਤਲੋਂ ਲੈਵਲ ਦੇ ਪੈਦਾ ਹੋਣਗੇ। ਲਓ ਮੇਰਾ ਭਾਈ, ਬੱਚੇ ਦੀ ਅੱਖ ਦਾ ਸ਼ੌਂਕ ਕਰੋ, ਔਰ ਜ਼ੀਰੋ ਕਲੀ ਦਾ ਬੱਚਾ, ਕਿੰਨੇ ਕਲੀ ਦਾ? ਸਿਰਫ ਜ਼ੀਰੋ ਕਲੀ ਦਾ, ਅਲਹਮਦੁਲਿਲਾ। ਠੀਕ ਹੈ ਜੀ, ਨੂਰ ਦੇਖੋ, ਨੂਰ ਦੇ ਨਾਲ ਰਿੰਗ ਦੇਖੋ, ਔਰ ਅੱਖ ਸਾਫ ਦੇਖਣੀ ਆ, ਸ਼ੀਸ਼ੇ ਤਰ੍ਹਾਂ ਅੱਖ ਆ ਗਈ, ਇਕੱਲੇ ਇਕੱਲੇ ਜ਼ਰਾਰ ਨਜ਼ਰ ਆ ਰਹੇ ਨੇ, ਬੱਚਾ ਸਿਰਫ ਜ਼ੀਰੋ ਕਲੀ ਦਾ। ਸ਼ੌਂਕ ਕਰੋ ਜੀ ਕੁੰਦੇ ਦਾ, ਬੱਚਿਆਂ ਦੇ ਕੁੰਦੇ ਦੇਖੋ, ਹੁਣੀ ਵਾਬਰੇਸ਼ਨ ਦੇਖੋ। ਠੀਕ ਹੈ ਜੀ, ਇਹ ਐਲ ਬਾਹਰ ਦੇ ਪਰ ਕੱਢ ਕੇ ਦੇਖਣੇ ਪੈਣਗੇ, ਅਲਹਮਦੁਲਿਲਾ ਆ ਕੁੰਦੇ। ਠੀਕ ਹੈ, ਦਮ ਦਾ ਸ਼ੌਂਕ ਕਰੋ। ਠੀਕ ਹੈ ਮੇਰਾ ਭਾਈ, ਸ਼ੌਂਕ ਕਰੋ ਜੀ।
ਲਓ ਮੇਰਾ ਭਾਈ, ਦੂਸਰੇ ਬੱਚੇ ਦੀ ਅੱਖ ਦਾ ਸ਼ੌਕ ਕਰੋ। ਅਲਹਮਦੁਲਿਲਾ, ਠੀਕ ਹੈ ਜੀ। ਲਓ ਜੀ, ਦੂਸਰੇ ਬੱਚੇ ਦੇ ਕੁੰਦੇ ਦਾ ਸ਼ੌਕ ਕਰੋ। ਅਲਹਮਦੁਲਿਲਾ, ਇਹਨਾਂ ਨੂੰ ਕਹਿੰਦੇ ਕੁੰਦੇ। ਇਸ ਤੋਂ ਬੇਦਰਦੀ ਨਾਲ ਕੋਈ ਖੋਲ੍ਹ ਕੇ ਦਿਖਾਵੇ। ਦੋਵਾਂ ਦਾ ਸ਼ੌਕ ਕਰੋ, ਪੰਜਿਆਂ ਦਾ ਕਰੋ। ਲਓ ਜੀ, ਸ਼ੌਕ ਕਰੋ ਜੀ। ਅਲਹਮਦੁਲਿਲਾ, ਬੱਚੇ ਦਾ ਸ਼ੌਕ ਕਰੋ। ਦੂਸਰਾ ਬੱਚਾ ਉਹ ਖਲੋਤਾ ਹੋਇਆ, ਅਲਹਮਦੁਲਿਲਾ, ਠੀਕ ਹੈ ਜੀ। ਆ ਫੀਮੇਲ, ਠੀਕ ਹੈ ਜੀ। ਲਓ ਮੇਰਾ ਭਾਈ ਜਾਨ, ਜਿਸ ਬੰਦੇ ਦੀ ਸਮਝ ਆ ਜਾਏ ਸਿਰਫ ਮੇਰਾ ਭਾਈ ਉਹ ਰਾਬਤਾ ਕਰੇ। ਦੂਸਰੀ ਗੱਲ ਮੇਰਾ ਭਾਈ, ਬੱਚਿਆਂ ਦਾ ਹੱਡੀ ਜੋੜ ਦੱਸਦੀ, ਹੱਡੀ ਜੋੜ ਦਾ ਫਾਸਲਾ ਉਂਗਲ ਤੋਂ ਥੋੜ੍ਹਾ, ਦੁੰਬ ਦੇ ਉੱਪਰ ਜੋੜ ਨਾ ਲੱਗਾ ਹੋਵੇ, ਜੋੜ ਦੇ ਵਿੱਚ ਦੋਨਾਂ ਬੱਚਿਆਂ ਦੇ ਸੂਈ ਵੀ ਗੁਜ਼ਰ ਜਾਵੇ, ਸਿਰ ਦਾ ਬਾਲ ਵੀ ਗੁਜ਼ਰ ਜਾਵੇ, ਛੁਰੀ ਫੇਰ ਕੇ ਵੀ ਸੁੱਟ ਦੇਣੇ ਆ। ਅਤੇ ਅਲਹਮਦੁਲਿਲਾ, ਮਾਜ਼ਰਤ ਵੀ ਕਰਾਂਗੇ, ਮਾਫ਼ੀ ਮੰਗਾਂਗੇ, ਅਗਲੇ ਦੇ ਪੈਸੇ ਵੀ ਵਾਪਸ ਕਰਾਂਗੇ। ਕੋਈ ਅਲਹਮਦੁਲਿਲਾ ਕੋਈ ਦੇਖ ਕੇ ਆਣ ਕੇ ਖੰਨਾ ਚਾਹੇ ਤਾਂ ਸਾਨੂੰ ਢੇਰ ਖੁਸ਼ੀ ਆ, ਠੀਕ ਹੈ ਮੇਰਾ ਭਾਈ ਜਾਨ ਜੀ। ਲਓ ਜੀ,